ਘਰ ਘਰ ਨੌਕਰੀ ਅਤੇ ਹੁਨਰ ਨੂੰ ਤਰਜੀਹ ਦੇਣ ਦੇ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਹਨ। ਥੱਕ ਹਾਰ ਕੇ ਨੌਜਵਾਨ ਤਾਂ ਆਪਣੇ ਹੁਨਰ ਅਤੇ ਪੜ੍ਹਾਈ ਨੂੰ ਦਰਕਿਨਾਰ ਕਰਕੇ ਘਰ ਬੈਠ ਕੇ ਛੋਟਾ ਮੋਟਾ ਕੰਮ ਧੰਦਾ ਹੀ ਆਪਣਾ ਲੈਣਾ ਚੰਗਾ ਸਮਝਦੇ ਹਨ। ਮਨਪ੍ਰੀਤ ਸਿੰਘ ਦੱਸਦੀ ਹੈ ਕਿ ਉਹ ਚਾਰ ਭੈਣ ਭਰਾ ਸਨ, ਹੁਣ ਘਰ ਵਿੱਚ ਉਹ ਉਸਦੀ ਛੋਟੀ ਭੈਣ ਅਤੇ ਮਾਂ ਹੀ ਰਹਿੰਦੀ ਹੈ। ਮਾਂ ਪਰਮਜੀਤ ਕੌਰ ਦੀ ਸੁਪਨਾ ਸੀ ਕਿ ਉਸਦੇ ਬੱਚੇ ਪੜ੍ਹ ਲਿਖ ਕੇ ਕਿਸੇ ਵੱਡੇ ਅਹੁਦੇ 'ਤੇ ਪਹੁੰਚ ਜਾਣ ਤਾਂ ਜੋ ਉਹ ਗਰੀਬੀ ਉਸਨੇ ਵੇਖੀ ਹੈ ਉਹ ਉਸਦੇ ਬੱਚਿਆਂ ਨੂੰ ਨਾ ਦੇਖਣੀ ਪਵੇ। ਵੱਡੀ ਭੈਣ ਗ੍ਰੈਜੂਏਟ ਹੈ ਅਤੇ ਉਸਦੇ ਕਈ ਭਰਤੀਆਂ ਵੇਖੀਆਂ, ਪਰ ਅਵਲ ਰਹਿਣ ਦੇ ਬਾਵਜੂਦ ਪੈਸੇ ਪੱਖੋਂ ਗੱਲ ਸਿਰੇ ਨਹੀਂ ਸੀ ਚੜ੍ਹਦੀ। ਉਹ ਲਗਭਗ 2 ਸਾਲ ਪਹਿਲਾਂ ਵਿਆਹੀ ਗਈ ਹੈ, ਭਰਾ ਦੀ ਭਰਤੀ ਦੀ ਤਿਆਰੀ ਕਰਦਾ ਸੀ, ਪਰ ਕੁਝ ਸਾਲ ਪਹਿਲਾਂ ਦੌੜ ਲਗਾਉਂਦਿਆਂ ਹੀ ਉਸ 'ਤੇ ਅਟੈਕ ਆਇਆ ਅਤੇ ਉਸਦੀ ਮੌਤ ਹੋ ਗਈ। ਪਿਤਾ ਨੇ ਇਸੇ ਦੁੱਖੇ ਮੰਜਾ ਫੜ ਲਿਆ ਅਤੇ ਹੌਲੀ ਹੌਲੀ ਮੌਤ ਦੇ ਵੱਲ ਵੱਧਦਾ ਗਿਆ। ਮਨਪ੍ਰੀਤ ਨੇ ਨੌਕਰੀ ਲਈ ਵੀ ਜਗ੍ਹਾ ਜਗ੍ਹਾ ਧੱਕੇ ਖਾਧੇ ਅਤੇ ਹੁਣ ਉਹ ਥੱਕ ਹਾਰ ਕੇ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਅਤੇ ਖੇਤਾਂ ਵਿੱਚ ਝੋਨਾ ਲਗਾਉਣ ਲਈ ਮਜਬੂਰ ਹੋ ਗਈ ਹੈ। ਘਰ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਕਿ ਬੰਦੇ ਹੈ ਨਹੀਂ, ਮੁੰਡੇ ਹੈ ਨਹੀਂ ਆ, ਜਨਾਨੇ ਦੇ ਸਿਰ 'ਤੇ ਮੈਂ ਆਪਣੇ ਸਿਰ 'ਤੇ ਘਰਾਂ ਦੇ ਕੰਮ ਕਰਕੇ ਬੱਚੇ ਪੜ੍ਹਾਉਣ ਡਈ ਸੀ, ਬੱਚਿਆਂ ਦੇ ਖਾਣਾ ਸਭ ਕੁਛ ਕੱਪੜੇ, ਫਿਰ ਕੰਮ ਕਰਕੇ ਫਿਰ ਇਹਨਾਂ 'ਤੇ ਚਲਾਈਦਾ। ਇਹ ਦੌੜੋਂ ਨੂੰ ਗਿਆ ਇਹ ਭਰਤੀ ਵੇਖਣ, ਫਿਰ ਅਟੈਕ ਹੋ ਗਿਆ, ਫਿਰ ਕੀ ਕੀਤਾ ਜਾਵੇ। ਘਰ ਵਾਲਾ ਦਾ ਫਿਰ ਇਸ ਤਰ੍ਹਾਂ ਬੱਚੇ ਦਾ ਸੋਚ ਕਰਕੇ 1.5 ਸਾਲ ਪਿੱਛੇ ਡੈਥ ਹੋ ਗਈ। ਤੇ ਕਿਸ ਤਰ੍ਹਾਂ ਪੜਾਇਆ ਬੱਚਿਆਂ ਨੂੰ? ਬੱਚਿਆਂ ਦੇ ਸਰਕਾਰਾਂ ਦੇ ਕੰਮ ਕਰਕੇ। ਕਿੱਥੇ ਕਿੱਥੇ ਕੰਮ ਕਰਦੇ? ਕੀ ਕੀ ਕੰਮ ਕਰਦੇ? ਕੱਬਿਆ ਥਾਣ ਕੇ ਨਾ ਕੰਮ, ਤੁਹਾਨੂੰ ਪਤਾ ਹੀ ਸਭ ਕੁਝ ਕਰੀਦਾ ਜੀ, ਜੋ ਕੰਮ ਖੁੱਲਾ ਕੰਮ ਮਿਲ ਗਿਆ ਕਰੀਦਾ, ਵਿਆਹਾਂ ਸ਼ਾਦੀ ਦੇ ਵੀ ਕਰ ਲਈਦਾ, ਘਰਾਂ ਦੇ ਕੰਮ ਵੀ ਸਫਾਈਆਂ ਦੇ ਕਰੀਦਾ, ਰੋਟੀ ਪਕਾਈਦਾ, ਕੱਪੜੇ ਧੋਈਦਾ। ਹੁਣ ਝੋਨੇ ਦਾ ਦਿਨ ਛੁੱਟੀ ਕਰਕੇ ਝੋਨਾ ਲਾਉਣ ਦੇ। ਅੰਮ੍ਰਿਤ ਕਦੋਂ ਚੱਕਾ ਹੈ? ਗਏ ਉਦੋਂ ਕਾਕਾ ਸੀ, ਕਾਕੇ ਨੇ ਲੈ ਕੇ ਗਏ। 9 ਸਾਲ ਹੋ ਗਿਆ। ਕਿੰਨੀ ਦੇਰ ਹੋ ਗਈ? ਹੋ ਗਈ ਹੈ, ਕਿੰਨੇ ਸਾਲ ਹੋ ਗਏ? ਸਾਰੇ ਪਰਿਵਾਰ ਨੇ ਮਿਲ ਸਕਿਆ? ਹਾਂਜੀ। ਕਿੱਥੋਂ ਸਕਿਆ? ਮਰ ਅੰਮ੍ਰਿਤਸਰ ਤੋਂ। ਫਿਰ ਕੀ ਮੰਨਦੇ ਹੋ, ਸਰਕਾਰਾਂ ਦਾ ਕੀ ਮੰਨਦੇ ਹੋ ਵੀ ਇੰਨਾ ਪੜ੍ਹਾਉਣ ਦੇ ਬਾਵਜੂਦ ਵੀ ਜਿਹੜਾ ਬੱਚਿਆਂ ਨੂੰ ਨੌਕਰੀ ਨਹੀਂ ਮਿਲੀ? ਸਾਨੂੰ ਇਹੀ ਆ, ਮੁੰਡੇ ਨੂੰ ਅਕਾਲ ਕਰਨ ਦੇ ਇਹੀ ਵੀ ਆਖਣ ਡੇ ਸੀ, ਬਹੂ ਪੁੱਤ ਕਿਤੇ ਲਵਾ, ਗੁੱਡੀਆਂ ਨੇ ਇੰਨੀਆਂ ਪੜ੍ਹੀਆਂ ਸੀ, ਇਹ ਜਦੋਂ ਝੋਨਾ ਦਾ ਸੀਜ਼ਨ ਆਉਂਦੇ ਆ ਨਾ ਉਦੋਂ ਹੀ ਸਾਈਡ ਆ ਜਾਈਦਾ, ਸਾਰੇ ਪੁੱਛਦੇ ਕੀ ਕੀਤਾ ਤੁਸੀਂ, ਕਿੰਨੇ ਕੁ ਪੜ੍ਹੀਆਂ ਸੀ? ਮੈਂ ਕੁੜੀਆਂ ਪੜ੍ਹੀਆਂ ਸੀ, ਇਹਨਾਂ ਨੂੰ ਕਿਤੇ ਲਵਾ ਕਰਕੇ। ਸਰਕਾਰਾਂ ਨੂੰ ਕੀ ਮੰਗ ਕਰਦੇ ਹੋ? ਸਰਕਾਰਾਂ ਨੂੰ ਕੀ ਕਹਿੰਦੇ ਹੋ? ਸਰਕਾਰਾਂ ਨੂੰ ਤਾਂ ਆਖੀਦਾ ਲਵਾਉਂਦੇ ਨਹੀਂ ਬੱਚਿਆਂ ਨੂੰ, ਇਹੋ ਹੀ ਆਖੀਦਾ ਵੀ ਸਰਕਾਰ ਲਵਾਉਣ ਕਿਸੇ ਪਾਸੇ, ਗਰੀਬਾਂ ਦੇ ਕੋਈ ਹੈ ਹੀ ਨਹੀਂ। ਮੈਂ MSC ਕੀਤੀ ਆ, BSC ਕਰਕੇ MSC ਕੀਤੀ ਆ, ਮੇਰੀ ਮੰਮੀ ਨੇ ਮੈਨੂੰ ਮਿਹਨਤ ਕਰਕੇ ਪੜ੍ਹਾਇਆ ਵਾ। ਮੇਰੇ ਬ੍ਰਦਰ ਦੀ ਡੈਥ ਹੋਣ ਤੋਂ ਬਾਅਦ ਮੇਰੇ ਡੈਡੀ ਜਿਹੜੇ ਆ ਉਹ ਬਹੁਤ ਟੈਨਸ਼ਨ 'ਚ ਰਹਿੰਦੇ ਸੀ, ਘਰ ਦੀ ਜ਼ਿੰਮੇਵਾਰੀ ਕਿੱਦਾਂ ਚੱਲੇਗੀ, ਘਰ ਦਾ ਖਰਚ ਕਿਵੇਂ ਚੱਲੇਗਾ। ਉਹਨਾਂ ਤੋਂ ਬਾਅਦ ਮੇਰੇ ਡੈਡੀ ਦੀ ਵੀ ਡੈਥ ਹੋ ਗਈ, ਅਤੇ ਹੁਣ ਸਰਕਾਰ ਜਿਹੜੀ ਆ ਕੋਈ ਨੌਕਰੀ ਨਹੀਂ ਦੇ ਰਹੀ, ਇੰਨੀ ਪੜ੍ਹਾਈ ਲਿਖਾਈ ਕਰਕੇ ਕਰਨ ਦੇ ਬਾਵਜੂਦ ਵੀ ਅਸੀਂ ਝੋਨਾ ਲਾ ਰਹੇ ਹਾਂ। ਕਿੰਨੀ ਪੜ੍ਹਾਈ ਕੀਤੀ? ਕਿੱਥੋਂ ਕੀਤੀ ਪੜ੍ਹਾਈ? +2 ਮੈਂ ਪਿੰਡ ਵਾਲੇ ਸਕੂਲ ਤੋਂ ਕੀਤੀ ਆ, ਅਤੇ BSC ਜਿਹੜੀ ਉਹ ਮੈਂ ਬੇਬੇ ਨਾਨਕੀ ਖਾਲਸਾ ਕਾਲਜ ਫੋਰ ਵੂਮੈਨ ਧਾਰੀਵਾਲ ਤੋਂ ਕੀਤੀ ਆ, ਅਤੇ MSC ਮੈਂ ਸ਼ਾਂਤੀ ਦੇਵੀ ਵਾਲੇ ਮਹਿਲਾ ਕਾਲਜ ਦੀਨਾਨਗਰ ਤੋਂ ਕੀਤੀ ਆ। ਕਿੱਥੇ ਕਿਤੇ ਨੌਕਰੀ ਵਾਸਤੇ ਅਪਲਾਈ ਕੀਤਾ? ਟੈਸਟ ਵੀ ਬਹੁਤ ਦਿੱਤੇ ਨੇ, ਮੈਂ ਪਟਵਾਰੀ ਦਾ ਟੈਸਟ ਵੀ ਦਿੱਤਾ ਵਾ, ਰੇਲਵੇ ਦਾ ਟੈਸਟ ਵੀ ਦਿੱਤਾ ਵਾ, ਹੋਰ ਵੀ ਬਹੁਤ ਸਾਰੇ ਮੈਂ ਟੈਸਟ ਦਿੱਤੇ ਆ 2 ਸਾਲਾਂ ਤੋਂ, ਅਤੇ ਹੁਣ ਮੈਂ ਆਪਣੇ ਘਰ ਦੀ ਜ਼ਿੰਮੇਵਾਰੀ, ਘਰ ਦਾ ਖਰਚ ਤੋਰਨ ਵਾਸਤੇ ਆਪਣੀ ਮੰਮੀ ਦੇ ਨਾਲ ਝੋਨਾ ਲਗਾ ਰਹੀ ਹਾਂ। ਸਰਕਾਰਾਂ ਕਹਿੰਦੀਆਂ ਵੀ ਆਪਾਂ ਸਕਿੱਲ ਡਿਵੈਲਪਮੈਂਟ ਕੋਰਸ ਕਰਾਉਂਦੇ ਹਾਂ ਮਹਿਲਾਵਾਂ ਨੂੰ ਉੱਪਰ ਜਗ੍ਹਾ 'ਤੇ ਹੋਰ ਕਈ ਮੌਕੇ ਦਿੱਤੇ ਜਾਂਦੇ ਨੇ। ਹਾਂਜੀ, ਅਤੇ ਤੁਹਾਨੂੰ ਕਿਉਂ ਨਹੀਂ ਮਿਲਿਆ? ਕੋਰਸ 'ਤੇ ਬਹੁਤ ਅਪਲਾਈ ਦਿੱਤੇ ਨੇ ਹੋਏ ਨੇ, ਬਟ ਨੌਕਰੀ ਨਹੀਂ ਮਿਲ ਰਹੀ। ਕਿੱਥੇ ਕਿਤੇ ਅਪਲਾਈ ਕੀਤਾ? ਮੈਂ 2-3 ਸਕੂਲਾਂ 'ਤੇ ਅਪਲਾਈ ਕੀਤਾ ਵਾ, ਅਤੇ ਉਹਦੇ ਬਾਵਜੂਦ ਵੀ ਮੈਨੂੰ ਨੌਕਰੀ ਨਹੀਂ ਮਿਲ ਰਹੀ। ਟੈਸਟ ਵੀ ਮੈਂ ਬਹੁਤ ਦਿੱਤੇ ਨੇ, ਚੰਡੀਗੜ੍ਹ ਜਾ ਕੇ ਵੀ ਮੈਂ ਟੈਸਟ ਦਿੱਤਾ ਵਾ, ਪਠਾਨਕੋਟ ਜਾ ਕੇ ਵੀ ਦਿੱਤਾ, ਅੰਮ੍ਰਿਤਸਰ ਵਿੱਚ ਵੀ 2-3 ਟੈਸਟ ਦਿੱਤੇ ਨੇ, ਪਰ ਕੋਈ ਗੱਲ ਨਹੀਂ ਬਣੀ। ਕੀ ਰਿਸਪੋਂਸ ਮਿਲਦਾ ਜੀ ਟੈਸਟ ਦੇ? ਟੈਸਟ ਕਲੀਅਰ ਵੀ ਹੋ ਜਾਂਦੇ ਨੇ, ਬਟ ਤੁਹਾਨੂੰ ਪਤਾ ਹੀ ਆ ਪੈਸੇ ਵਾਲੇ ਜਿਹੜੇ ਉਹ ਅੱਗੇ ਆ ਜਾਂਦੇ ਨੇ, ਫਿਰ ਮਨ ਦੁਖੀ ਹੋ ਜਾਂਦਾ। ਕਿਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਚੱਲਦਾ? ਘਰ ਦਾ ਗੁਜ਼ਾਰਾ ਮੈਂ ਸਟਿਚਿੰਗ ਕਰਦੀ ਹਾਂ, ਟਿਊਸ਼ਨ ਪੜ੍ਹਾਉਂਦੀ ਬੱਚਿਆਂ ਨੂੰ,
होर पिंड च काम करके फिर घर का गुजारा तोड़ लिया। तो मेरी वड्डी सिस्टर आ उन्होंने भी बी ए की कंप्यूटर का कोर्स किया वा फैशन डिजाइनिंग की उन्होंने भी बहुत मेहनत की भर्ती भी वेखी आ तीन चार बार भर्ती वेखी उन्होंने सब कुछ हो जाने बावजूद उन्हों की कोई गल नहीं सुनी गई। हूँ मैं मेरी मम्मी तो छोटी भैन सरकार को यही मंग करते हैं कि सानू नौकरी दी जाए। उत्थे ही पिंड वासी जेमल सिंह दसते हैं कि इस परिवार की बदकिस्मती है कि पहला परिवार का लड़का अचानक रब नू प्यारा हो गया तो फिर प्यो की मौत हो गई पर इस गुरसिख माँ की धी ने मेहनत की है। परमजीत कौर ने लोगों के घर काम कर करके अते गोहा चुक चुक के अपने बच्चों नू पढ़ाया पर पढ़न के बावजूद भी लड़की खेतों में झोना लगा लोगों के घर काम करने लिए मजबूर है। सरकार माड़े परिवारों का जीवन सत्र उच्चा चुकन के दावे तो बहुत करती है पर अजिहे परिवार से उसकी नज़र नहीं पैंदी जबकि यह लड़की पढ़ लिख के नौकरी करन दी हकदार बनती है। उन्होंने मांग की है कि सरकार वालों पहल के आधार पर इस परिवार की मदद की जाए। उत्थे ही समाज सेवी संस्थावां नूं भी अपील की है कि वह अगे आ के इस परिवार की मदद कर। जी इन्हां दी बदकिस्मती कह लो पहला तो इन्हां दा ब्रदर जिहड़ा सी जवान होया ही भर्ती की तैयारी कर रहा है उसकी डैथ दौड़ लाते दी साडे पिंड ही हो गई उस तो बाद उहदा सदमा नहीं सहा इन्हां दे डैडी ने वह भी पूरे हो गए तो फिर भी इन्हां दी माँ की इन्नी बहादुरी आ कि उन्हां लोकां दे घरां दे विच पोचे ला के गोहा सुट के आ हुण झोनिआं दा सीजन आ झोने ला के अपनीआं कुड़ियां नूं इन्हें पढ़ाया बहुत मेहनत करके बहुत वधिया पढ़ाई करवाई कुड़ियां ये कोई छोटी मोटी गल नहीं गी पर अं सरकार दे गाड़ी यो गुजारिश करते हैं कि इन्हां कुड़ियां नूं नौकरी की कोई किरण नज़र आए तो नौकरी दिती जाए इन्हां नूं। जिस तरह सरकार कह रही हैं कि आप स्किल डिवेलपमेंट खोले कोर्स खोले ने कुड़ियों के वास्ते और वास्ते होर बड़ा कुछ पराले कर रहे हैं की मानते हैं इन्हां वास्ते हल कुख नहीं अं तो कोई वेख्या नहीं कहिंदियां ने सरकार सुनिया ही हाँ वैसे बहुत धियां वेखिया ने आईलैट्स करके बाहर नूं बच्चे दौड़ी जाते हैं जे इत्थे नौकरियां मिलन तो बाहर क्यों जाण है ना तो इस करके सरकार गड़ी यो गुजारिश आ कि बच्चियों नूं बच्चियों वल ध्यान दिता जाए क्योंकि बहुत लोड़वंद परिवार है ये सिक्खी दे नाल जुड़िया होया परिवार आ ते इन्हां नूं जिन्नी पढ़ाई की आ ये नौकरी दियां हकदार हन ते इन्हां नूं जरूर नौकरी दित्ती जाए।